ਉਦਾਸੀਨ ਆਸ਼ਰਮ ਡੇਰਾ ਬਾਬਾ ਸਮਾਧਾਂ ਜੀ ਪਿੰਡ ਗੁਮਟੀ ਕਲਾਂ ਜ਼ਿਲ੍ਹਾ ਬਠਿੰਡਾ ਵਿਖੇ ਸ਼੍ਰੀਮਾਨ 108 ਬਾਬਾ ਕਿਸ਼ਨ ਦਾਸ ਜੀ ਦੀ 22ਵੀਂ ਬਰਸੀ ਅਤੇ ਸ਼੍ਰੀਮਾਨ 108 ਬਾਬਾ ਜਰਨੈਲ ਦਾਸ ਜੀ ਦੀ ਪਹਿਲੀ ਸਲਾਨਾ ਬਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਅਸਥਾਨ ਦੇ ਵਰਤਮਾਨ ਗੱਦੀ ਨਿਸ਼ੀਨ ਮਹੰਤ ਸੁਰਜੀਤ ਦਾਸ ਜੀ ਦੇਖਰੇਖ ਹੇਠ ਹੋਏ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਇਸ ਮੌਕੇ ਆਰੰਭੇ ਪਾਠਾਂ ਦੇ ਭੋਗ ਪਾਏ ਗਏ। ਮਹੰਤ ਡਾਕਟਰ ਰਾਮ ਪ੍ਰਕਾਸ਼ ਸ਼ਾਸਤਰੀ ਜੀ ਗੋਲਡ ਮੈਡਲਿਸਟ ਢੁੱਡੀ ਵਾਲਿਆਂ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਮੈਂ ਉਹਨਾਂ ਦਾ ਜੋ ਆਪਣਾ ਬਹੁਤ ਧੰਨਵਾਦ ਕਰਦਾ ਕਿ ਬਾਬਾ ਜੀ ਦਾ ਅਤੇ ਨਗਰ ਨਿਵਾਸੀਆਂ ਦਾ ਜਿਹੜੇ ਵੀ ਅੱਜ ਵੀ ਅਸੀਂ ਉਹਨਾਂ ਦਾ ਦਿਨ ਦਿਹਾੜਾ ਮਨਾ ਰਹੇ ਹਾਂ। ਉਹਨਾਂ ਦੇ ਦਿਨ ਤੋਂ ਸਾਨੂੰ ਸਿੱਖਿਆ ਇਹ ਲੈਣੀਆਂ ਚਾਹੀਦੀਆਂ ਕਿ ਜਿੰਨੇ ਬਾਬਾ ਜੀ ਦੇ ਸਦਗੁਣ ਸਨ ਉਹ ਸਾਨੂੰ ਪ੍ਰਾਪਤ ਕਰਨੇ ਚਾਹੀਦੇ ਹਨ, ਕਿਉਂ ਸਦਾ ਹੀ ਉਹ ਨਗਰ ਨਿਵਾਸੀਆਂ ਨੂੰ ਹੋਰਾਂ ਨੂੰ ਜਿੰਨੇ ਵੀ ਉਹਨਾਂ ਦੇ ਸਿੱਖ ਸੇਵਕ ਜਿੱਥੇ ਭਾਰਤ ਦੇ ਕੋਨੇ ਕੋਨੇ ਵਿੱਚੋਂ ਜਾਇਆ ਕਰਦੇ ਸਨ ਉਹਨਾਂ ਨੂੰ ਇਹੀ ਸਦਉਪਦੇਸ਼ ਦਿੰਦੇ ਸਨ ਕਿ ਭਈ ਆਪਣੇ ਬੱਚਿਆਂ ਨੂੰ ਪੜ੍ਹਾਈ ਕਰਾਓ, ਬੱਚਿਆਂ ਨੂੰ ਅੱਛੀ ਸ਼ਿਕਸ਼ਾ ਦਿਓ ਔਰ ਆਪਣੇ ਜਿੰਨੇ ਵੀ ਉਹਨਾਂ ਦੇ ਨੇੜੇ ਦੇ ਬੰਦੇ ਸੀ ਜਾਂ ਉਹਨਾਂ ਦੇ ਚਰਨਾਂ ਵਿੱਚ ਆਉਂਦੇ ਸੀ ਉਹਨਾਂ ਨੂੰ ਨਸ਼ੇ ਪੱਤੇ ਤੋਂ ਦੂਰ ਰਹਿਣ ਵਾਸਤੇ ਕਹਿੰਦੇ ਸਨ ਔਰ ਆਪਣੇ ਅੱਛਾ ਸੁੱਚਾ ਜੀਵਨ ਬਤੀਤ ਕਰਨ ਵਾਸਤੇ, ਕਿਉਂਕਿ ਗ੍ਰਸਥ ਜੀਵਨ ਬੜਾ ਇੱਕ ਬਹੁਤ ਹੀ ਅੱਛਾ ਜੀਵਨ ਹੈ। ਇਹ ਸਾਰੇ ਆਸਰਮ ਵਿੱਚੋਂ ਜਿਹੜਾ ਗ੍ਰਸਥ ਆਸਰਮ ਬਹੁਤ ਅੱਛਾ ਮੰਨਿਆ ਗਿਆ ਹੈ, ਕਿਉਂਕਿ ਇਹਦੇ ਵਿੱਚ ਸਾਧੂ ਸੰਤ ਤਾਂ ਆਪਣਾ ਭਜਨ ਆਪਣੇ ਵਾਸਤੇ ਕਰਦੇ ਹਨ ਪਰ ਗ੍ਰਸਥੀ ਉਹ ਦੂਸਰਿਆਂ ਵਾਸਤੇ ਵੀ ਆਪਣੇ ਵਾਸਤੇ ਤਾਂ ਕਰਦਾ ਹੀ ਹੈ ਪਰ ਦੂਸਰਿਆਂ ਵਾਸਤੇ ਵੀ ਉਹ ਗ੍ਰਸਥੀ ਸਾਧੂਆਂ ਵਾਸਤੇ ਹੋਰਾਂ ਵਾਸਤੇ ਆਪਣਾ ਸਤਿਕਾਰ ਕਰਦਾ ਹੈ, ਆਪਣਾ ਅਨੁਭਵ ਵੀ ਕਰਦਾ ਦੂਸਰਿਆਂ ਵਾਸਤੇ ਵੀ ਕਰਦਾ। ਇਸ ਕਰਕੇ ਗ੍ਰਸਥ ਜੀਵਨ ਨੂੰ ਬਹੁਤ ਅੱਛਾ ਕਿਹਾ ਗਿਆ ਹੈ। ਅਸੀਂ ਗੁਰਬਾਣੀ ਦਾ ਅੱਜ ਪ੍ਰਕਾਸ਼ ਕੀਤਾ ਗਿਆ, ਅਖੰਡ ਪਾਠ ਸਾਹਿਬ ਦਾ ਭੋਗ ਪਾਏ ਗਏ, ਕਿਉਂਕਿ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇਹਦੇ ਮੁਤਾਬਕ ਅਸੀਂ ਗੁਰੂ ਮਹਾਰਾਜ ਜੀ ਦੇ ਆਗਿਆ ਦੇ ਅਨੁਸਾਰ ਚੱਲਣ ਨਾਲ ਹੀ ਸੱਚਾ ਸੁੱਚਾ ਜੀਵਨ ਬਣਾ ਸਕਦੇ ਹਾਂ, ਕਿਉਂਕਿ ਕਰਮ ਧਰਮ ਔਰ ਸਭ ਕੁਛ ਇਹ ਗੁਰਬਾਣੀ ਦੇ ਵਿੱਚ ਦਰਸਾਇਆ ਗਿਆ ਹੈ। ਗੁਰਬਾਣੀ ਤੋਂ ਉੱਚਾ ਸੁੱਚਾ ਕੋਈ ਵੀ ਹੋਰ ਗ੍ਰੰਥ ਨਹੀਂ ਹੈ, ਕਿਉਂਕਿ ਕਲਯੁੱਗ ਦੇ ਵਿੱਚ ਗੁਰਬਾਣੀ ਆਪਣਾ ਸਰਵਉੱਚ ਹੈ ਔਰ ਗੁਰਬਾਣੀ ਦੇ ਲੜ ਲੱਗਣ ਨਾਲ ਹੀ ਅਸੀਂ ਆਪਣਾ ਜੀਵਨ ਅੱਛਾ ਸੁੱਚਾ ਬਣਾ ਸਕਦੇ ਹਾਂ, ਜੀਵਨ ਮੁਕਤੀ ਦੇ ਰਾਹ 'ਤੇ ਪੱਧਰਿਤ ਕਰ ਸਕਦੇ ਹਾਂ ਮੁਕਤੀ ਦੇ ਰਾਹ। ਇਸ ਕਰਕੇ ਜੋ ਵੀ ਸਾਡਾ ਜੀਵਨ ਹੈ ਉਹ ਮਹਾਰਾਜ ਜੀ ਦੇ ਕਦਮਾਂ 'ਤੇ ਹੈ, ਕਿਉਂਕਿ ਜਪ ਤਪ ਸੰਜਮ ਤਰਵਣੀ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ। ਜਪ ਕਰਨਾ, ਭਜਨ ਕਰਨਾ, ਪੂਜਾ ਪਾਠ ਕਰਨਾ, ਸੁਖਮਨੀ ਸਾਹਿਬ ਦਾ ਪਾਠ ਉੱਠ ਕੇ ਕਰਨਾ, ਆਪਣੇ ਬੱਚਿਆਂ ਨੂੰ ਵੀ ਅੱਛੀ ਸਿੱਖਿਆ ਦੇਣਾ ਔਰ ਆਪਣੇ ਕੋਈ ਵੀ ਜੋ ਵੀ ਆਪਣਾ ਨਿਤਨੇਮ ਕਰਦਾ ਹੈ, ਪੰਜ ਬਾਣੀਆਂ ਦਾ ਪਾਠ ਕਰਦਾ ਹੈ, ਗੀਤਾ ਦਾ ਪਾਠ ਕਰਦਾ ਹੈ, ਉਹ ਸਭ ਨਿਤਨੇਮ ਹੈ, ਕਿਉਂਕਿ ਨਿਤਕਰਮਾ ਸਾਡੇ ਵਾਸਤੇ ਜਿਵੇਂ ਰੋਜ਼ ਆਪਾਂ ਘਰ ਦੇ ਵਿੱਚ ਝਾੜੂ ਲਗਾਉਂਦੇ ਹਾਂ ਇਸੇ ਤਰ੍ਹਾਂ ਮਨ ਸਾਫ਼ ਹੋ ਜਾਂਦਾ ਹੈ। ਇਹ ਰੋਤ ਨਿਤਕਰਮ ਨਾਲ ਸਾਥੋਂ ਕੋਈ ਨਾ ਕੋਈ ਭੁੱਲਾਂ ਹੋ ਜਾਂਦੀਆਂ, ਦਿਨ ਦੇ ਵਿੱਚ ਕੋਈ ਜੀਵ ਪੈਦਾ ਕੋਈ ਪੈਰਾਂ ਹੇਠ ਆ ਗਿਆ ਜਾਂ ਕਿਸ ਤਰ੍ਹਾਂ ਹੋ ਗਿਆ, ਕਿਸੇ ਨੂੰ ਕੌੜਾ ਬੋਲਿਆ ਗਿਆ, ਕਿਸੇ ਨੂੰ ਬੁਰਾ ਭਲਾ ਬੋਲਿਆ ਗਿਆ, ਇਸ ਕਰਕੇ ਉਹ ਸਾਰੇ ਸਾਡੇ ਜਿਹੜੇ ਦੋਸ਼ ਦੂਰ ਹੋ ਜਾਂਦੇ ਨੇ ਨਿਤਨੇਮ ਕਰਨਾ। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਵੀ ਕੀਤੀਆਂ ਗਈਆਂ ਅਤੇ ਹੁਕਮਨਾਮੇ ਵੀ ਲਏ ਗਏ। ਸੰਤ ਜੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਜਤਿ ਜੈ ਦੇਵ ਦੇਵ, ਸੰਤ ਪ੍ਰੇਮ ਜਤਿ ਜੈ ਦੇਵ ਦੇਵ, ਸੰਤ ਜੀ ਸੰਗਤ, ਸੰਤ ਕਥਾ ਰਸ, ਸੰਤ ਜੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਜਤਿ ਜੈ ਦੇਵ ਦੇਵ, ਸੰਤ ਪ੍ਰੇਮ ਜਤਿ ਜੈ ਦੇਵ ਦੇਵ, ਸੰਤ ਜੀ ਸੰਗਤ, ਸੰਤ ਕਥਾ ਰਸ, ਸੰਤ ਜੀ ਸੰਗਤ, ਸੰਤ ਕਥਾ। ਇਸ ਮੌਕੇ ਮਹੰਤ ਵੇਦ ਪ੍ਰਕਾਸ਼ ਜੀ ਢੁੱਡੀ, ਮਹੰਤ ਚੰਦਰ ਪ੍ਰਕਾਸ਼ ਜੀ ਭਾਗੂ, ਮਹੰਤ ਮੱਕਰਦਾਸ ਜੀ ਖੁੱਡੀ, ਮਹੰਤ ਠਾਕਰਦਾਸ ਜੀ ਖੇੜੀ, ਮਹੰਤ ਮਹਿੰਦਰ ਸਿੰਘ ਜੀ ਕੋਠਾ ਗੁਰੂ, ਮਹੰਤ ਸੋਹਨਦਾਸ ਜੀ ਦਾਇਆ ਕਲਾ, ਮਹੰਤ ਦਰਸ਼ਨਦਾਸ ਜੀ ਢਿਲਵਾਂ, ਮਹੰਤ ਕਮਲਦਾਸ ਜੀ ਢਿਲਵਾਂ, ਬਾਬਾ ਅਮਰਜੀਤ ਦਾਸ ਜੀ ਰੁਮਾਣਾ, ਮਹੰਤ ਸੇਵਾਦਾਸ ਜੀ ਗੰਗਾ ਨਗਰ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ। ਸਾਡੇ ਰਿਪੋਰਟਰ ਗੌਰਵ ਗਰਗ ਸ਼ੇਰਪੁਰ ਨਾਲ ਗੱਲਬਾਤ ਕਰਦੇ ਹਾਂ। ਮਹੰਤ ਡਾਕਟਰ ਰਾਮ ਪ੍ਰਕਾਸ਼ ਸ਼ਾਸਤਰੀ ਜੀ ਢੁੱਡੀ, ਮਹੰਤ ਵੇਦ ਪ੍ਰਕਾਸ਼ ਜੀ ਢੁੱਡੀ ਅਤੇ ਮਹੰਤ ਸੁਰਜੀਤ ਦਾਸ ਜੀ ਗੁਮਟੀ ਕਲਾਂ ਨੇ ਆਪਣੇ ਵਿਚਾਰ ਰੱਖੇ। ਮਹਾਰਾਜ ਜਰਨੈਲ ਦਾਸ ਜੀ ਸਾਡੇ ਗੁਰੂ ਭਾਈ ਸਨ, ਉਹ ਆਪਣੇ ਸੁਰਗਵਾਸ ਹੋ ਚੁੱਕੇ ਹਨ, ਉਹਨਾਂ ਦੇ ਆਪਣੇ ਜਗ੍ਹਾ 'ਤੇ ਜਰਨੈਲ ਦਾਸ ਜੀ ਨੂੰ ਆਪਣਾ ਸੁਰਜੀਤ ਦਾਸ ਜੀ ਨੂੰ ਮਹੰਤ ਬਣਾਇਆ ਗਿਆ ਹੈ, ਜੋ ਕਿ ਬਾਹ ਵਾਲੇ ਦਾ
ਅਤੇ ਗਦਰ ਖੇੜੇ ਦਾ ਇਹਨਾਂ ਦਾ ਜਗ੍ਹਾ ਮੰਤ ਬਣਾਇਆ ਗਿਆ ਹੈ। ਇਸ ਵਾਸਤੇ ਇਹਨਾਂ ਨੂੰ ਮੈਂ ਇਹੀ ਆਪਣਾ ਸਲਾਹ ਦੇਊਂਗਾ, ਇਹੀ ਆਪਣੇ ਉਹਨਾਂ ਦੇ ਕਦਮਾਂ 'ਤੇ ਚੱਲਣ ਦੀ ਸਲਾਹ ਦੇਊਂਗਾ ਕਿ ਬਾਬਾ ਜੋ ਕਿਸ਼ਨਦਾਸ ਜੀ ਆਪਣੇ ਇੱਥੇ ਗੁਮਟੀ ਲੋਕ ਸੇਵਾ ਕਰਦੇ ਰਹੇ ਔਰ ਸਦ ਵਿਦੇਸ਼ ਦਿੰਦੇ ਰਹੇ, ਉਸੇ ਤਰ੍ਹਾਂ ਹੀ ਮਹਾਰਾਜ ਸਰਜੀਤ ਦਾਸ ਜੀ ਆਪਣੇ ਦਾਦਾ ਗੁਰੂ ਜੀ 'ਤੇ ਔਰ ਆਪਣੇ ਗੁਰੂ ਦੇ ਚਨੈਲ ਦਾਸ ਜੀ ਦੇ ਪਦ ਕਰਮਾਂ 'ਤੇ ਚੱਲਦੇ ਹੋਏ ਆਪਣਾ ਉਪਦੇਸ਼ ਦੇਣਗੇ। ਤੋ ਇੰਨਾ ਹੀ ਮੈਂ ਕਹਿ ਕੇ ਇਹਨਾਂ ਨੂੰ ਆਸ਼ੀਰਵਾਦ ਦਿੰਦਾ ਹਾਂ ਗੁਰੂ ਭਾਈ ਦੇ ਨਾਤੇ, ਵੱਡਾ ਗੁਰੂ ਭਾਈ ਦੇ ਨਾਤੇ, ਕਿ ਭਤੀਜਾ ਤੁਸੀਂ ਵੀ ਸਦਾ ਹੀ ਆਪਣਾ ਲੋਕ ਸੇਵਾ ਕਰੋ ਔਰ ਇਸੇ ਤਰ੍ਹਾਂ ਹੀ ਵਰਸ਼ੀਆਂ ਮਨਾਉਂਦੇ ਰਹੋ, ਬਾਬਾ ਜੀ ਦੇ ਉਪਦੇਸ਼ਾਂ 'ਤੇ ਚੱਲਦੇ ਰਹੋ। ਇਹਨਾਂ ਹੀ ਕਹਿ ਕੇ ਮੈਂ ਆਪਣਾ ਰਾਮ ਕਰਦਾ। ਸਰਵੇ ਭਵੰਤੁ ਸੁਖਿਨੇ, ਸਰਵੇ ਸੰਤੂ ਨਿਰਾਮਯਾ, ਸਰਵੇ ਭਦਰਾਣੀ ਪਸ਼ੰਤੁ ਮਾ ਕਸਚਿਤ ਦੁੱਖ ਭਾਗ ਵੇਤ, ਹਰਿ ਓਮ ਤਤਸਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ। ਸ਼੍ਰੀ ਮਾਨ 108 ਸੰਤ ਬਾਬਾ ਕਿਸ਼ਨਦਾਸ ਜੀ ਮਹਾਨ ਤਪੱਸੀ ਵੀ ਉਹਨਾਂ ਦੀ ਸਲਾਨਾ 22ਵੀਂ ਬਰਸੀ ਅਤੇ ਮੰਤ ਜਰਨੈਲ ਦਾਸ ਜੀ ਗੁਮਟੀ ਕਲਾਂ ਦੀ ਸਲਾਨਾ ਬਰਸੀ 'ਤੇ ਇਕੱਤਰ ਹੋਏ ਹਾਂ। ਬਰਸੀ ਦੇ ਨਿਮਿੱਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ, ਉਪਰੰਤ ਸਾਧੂ ਸਮਾਜ ਇਕੱਤਰ ਹੋਇਆ, ਨਗਰ ਵਾਸੀ ਸੰਗਤਾਂ ਆਸ ਪਾਸ ਨਗਰਾਂ ਵਿੱਚ ਸੰਗਤਾਂ ਇਕੱਤਰ ਹੋਈਆਂ ਜਿਨ੍ਹਾਂ ਨੇ ਗੁਰ ਉਪਦੇਸ਼ ਸੁਣਿਆ। ਇਸ ਸਮੇਂ ਮਹੰਤ ਡਾਕਟਰ ਪ੍ਰਕਾਸ਼ ਸ਼ਾਸਤਰੀ ਜੀ ਢੁੱਡੀ ਵਾਲੇ, ਮਹਾਮਲੇਸ਼ਵਰ ਜਿਨ੍ਹਾਂ ਨੇ ਪ੍ਰਵਚਨ ਕੀਤੇ, ਸੰਗਤਾਂ ਨੇ ਪ੍ਰਵਚਨ ਸੁਣੇ ਅਤੇ ਜਿੰਨੇ ਵੀ ਸੰਗਤਾਂ ਸਾਧੂ ਮਹਾਤਮਾ ਸੰਤ ਮਹੰਤ ਸੰਤ ਬਾਬਾ ਮਹੰਤ ਮਗਰਦਾਸ ਜੀ ਖੁੱਡੀ ਕਲਾਂ, ਮਹੰਤ ਕਮਲਦਾਸ ਜੀ, ਮਹੰਤ ਦਰਸ਼ਨਦਾਸ ਜੀ ਢਿਲਮਾ ਕਲਾਂ ਅਤੇ ਹੋਰ ਵੀ ਸੰਤ ਮਹੰਤ ਜਿੰਨੇ ਇੱਥੇ ਪਹੁੰਚੇ ਹਨ, ਸਭ ਨੂੰ ਜੀ ਮਹੰਤ ਠਾਕਰਦਾਸ ਜੀ ਖੇੜੀ ਕਲਾਂ, ਮਹੰਤ ਚੰਦਰ ਪ੍ਰਕਾਸ਼ ਜੀ ਭਾਗੂ ਅਤੇ ਹੋਰ ਵੀ ਸੰਤ ਮਹੰਤ ਜਿਹਨੇ ਇੱਥੇ ਪਹੁੰਚੇ ਹਨ, ਸਮੂਹ ਸੰਤਾਂ ਮਹੰਤਾਂ ਦਾ ਧੰਨਵਾਦ। ਸਮੂਹ ਨਗਨਵਾਸੀ ਸੰਗਤਾਂ ਅਤੇ ਆਸ ਪਾਸ ਨਗਰਾਂ 'ਚ ਸੰਗਤਾਂ ਪਹੁੰਚੀਆਂ ਹਨ, ਸਮੂਹ ਸੰਗਤਾਂ ਦਾ ਬਾਬਾ ਜੀ ਦੀ ਬਰਸੀ 'ਤੇ ਪਹੁੰਚਦੇ ਧੰਨਵਾਦ ਕੀਤਾ ਜਾਂਦਾ ਹੈ। ਬੋਲ ਜਗਤ ਚੰਦਰ ਭਗਵਾਨ ਕੀ ਜੈ। ਬੋਲ ਜਗਤ ਸ਼੍ਰੀ ਗੁਰੂ ਚੰਦਰ ਭਗਵਾਨ ਮਹਾਰਾਜ ਕੀ ਜੈ। ਸੰਤ ਮਹੰਤ ਜਿੰਨੇ ਵੀ ਇਕੱਤਰ ਹੋਏ ਨੇ, ਬਾਬਾ ਜੀ 108 ਸੰਤ ਬਾਬਾ ਕਿਸ਼ਨਦਾਸ ਜੀ, 108 ਸੰਤ ਬਾਬਾ ਜਰਨੈਲ ਦਾਸ ਜੀ ਦੀ ਸਾਲਾਨਾ ਬਰਸੀ ਦੇ ਜਿੰਨੇ ਵੀ ਸੰਤ ਮਹੰਤ ਨਗਰ ਨਿਵਾਸੀ ਇਕੱਠੇ, ਉਹਨਾਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ। ਬੋਲ ਜਗਤ ਸ਼੍ਰੀ ਗੁਰੂ ਚੰਦਰ ਭਗਵਾਨ ਕੀ ਜੈ। ਬੀਬੀਆਂ ਅਤੇ ਸੇਵਾਦਾਰਾਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਵੜ ਕੇ ਛਕਿਆ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਨ ਸੰਤ ਦੇਵਾ ਦੇਵ, ਸਤਿਗੁਰ ਗਿਆਨ ਜਾਨ ਸੰਤ ਦੇਵਾ ਦੇਵ, ਸੰਤ ਪ੍ਰੇਮ ਜਦੀ ਜੇ ਵਧੇਰੇ ਜਾਣ
ਜਾਣਕਾਰੀ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ, ਮੋਬਾਈਲ 94170-36301 ਅਤੇ 98141-36301 94170-36301 ਅਤੇ 98141-36301